लंबी उड़ीक तो बाद गूगल एडसेंस पिन जेड़ा अज घर आ गया। अज असी गल करांगे यूट्यूब दे सफर दे बारे। वाहिगुरू जी का खालसा, वाहिगुरू जी की फतेह। अजोके समय दे दौरान हर मनुख जेड़ा है सोशल मीडिया दे नाल किसी ना किसी तरीके नाल जुड़िया होया, तां उहदे विचों जेड़ा वड्डा एक प्लेटफॉर्म है वह है यूट्यूब। यूट्यूब के उपर हर मनुख जेड़ा है जिहदे अंदर किसी प्रकार का कोई हुनर है जां कुछ करना चाहुंदा है जां जेड़ा अपनी गल लोकां तक पहुँचाउणा चाहुंदा है वह यूट्यूब के उपर काम जरूर करदा है। तां 2015 की गल है जदों असीं एक दिन गुरमत समागम के उपर कथा करन वास्ते गए, तो छोटे साहबजादियां दी शहीदी के संबंध में गुरमत समागम रख्या होया सी। तां उत्थे एक मित्र प्यारा मिलिया, वह कहण लग्गिया कि तुसीं कथा करदे हो ਤਾਂ ਇਹਦੇ ਵਿੱਚ ਤੁਸੀਂ ਕੁਝ ਵੱਖਰਾ ਤੇ ਕਰਨਾ ਨਹੀਂ, ਤਾਂ ਤੁਸੀਂ ਐਵੇਂ ਕਰਿਆ ਕਰੋ ਇਹਦੀ ਰਿਕਾਰਡਿੰਗ ਕਰਕੇ ਇਹਨੂੰ ਜਿਹੜਾ ਯੂਟਿਊਬ ਦੇ ਉੱਪਰ ਪਾਇਆ ਕਰੋ। ਤਾਂ ਉਸ ਤੋਂ ਪਹਿਲਾਂ ਯੂਟਿਊਬ ਬਾਰੇ ਜਿਹੜਾ ਸੀ ਕੁਝ ਵੀ ਨਹੀਂ ਸੀ ਜਾਣਦੇ, ਹਾਂ ਸੁਣਿਆ ਜ਼ਰੂਰ ਸੀ ਕਿ ਇਦਾਂ ਯੂਟਿਊਬ ਤੋਂ ਸੁਣ ਲਈਦਾ, ਤਾਂ ਉਸ ਤੋਂ ਪਹਿਲਾਂ ਯੂਟਿਊਬ ਬਾਰੇ ਬਹੁਤਾ ਕੁਝ ਜਿਹੜਾ ਉਹ ਨਹੀਂ ਸੀ ਪਤਾ। ਉਹਨੇ ਆਪਣੇ ਕੈਮਰੇ ਦੇ ਨਾਲ ਉਸ ਵੀਰ ਨੇ ਜਿਹੜੀ ਸੀ ਉਹ ਸਾਡੀ ਉਦੋਂ ਸ਼ਹਾਦਤਾਂ ਦੇ ਸੰਬੰਧ ਵਿੱਚ ਜਿਹੜੀ ਵੀਡੀਓ ਸੀ ਉਹਨੂੰ ਰਿਕਾਰਡ ਕੀਤਾ, ਉਹਦੇ ਕਲਿੱਪ ਵੀ ਆਪੇ ਬਣਾ ਕੇ ਦਿੱਤੇ, ਅਤੇ ਜਿਹੜਾ ਪਹਿਲਾਂ ਤੋਂ ਹੀ ਗੂਗਲ ਬਣਿਆ ਹੁੰਦਾ ਹੈ ਮੇਲ ਬਣੀ ਹੁੰਦੀ ਹੈ ਉਸੇ ਚੈਨਲ ਦੇ ਉੱਪਰ ਉਹਨੇ ਜਿਹੜਾ ਉਹ ਪਾ ਦਿੱਤਾ। ਉਹਦਾ ਨਾਮ ਚੇਂਜ ਕਰਤਾ, ਮੇਰੇ ਨਾਮ ਦੇ ਉੱਪਰ ਰੱਖ ਦਿੱਤਾ। ਤਾਂ ਫਿਰ ਉਸ ਤੋਂ ਬਾਅਦ ਕਦੇ ਕੋਈ ਚੀਜ਼ ਪਾ ਦਿੱਤੀ, ਕਦੇ ਕੋਈ ਵੀਡੀਓ ਪਾਈ, ਕਦੇ ਕੋਈ ਨਾਮ ਪਾਈ, ਤਾਂ ਲੰਮਾ ਸਫ਼ਰ ਜਿਹੜਾ ਲੰਘ ਗਿਆ। ਤਾਂ ਇਹਦੇ ਵਿੱਚ ਬਹੁਤ ਵਾਰ ਐਸਾ ਹੋਇਆ ਜਦੋਂ ਯੂਟਿਊਬ ਦੇ ਉੱਪਰ ਬਹੁਤ ਵਧੀਆ ਕੁਝ ਕਰਨ ਦਾ ਯਤਨ ਵੀ ਕੀਤਾ, ਵਧੀਆ ਤੋਂ ਵਧੀਆ ਵੀਡੀਓ ਜਿਹੜੀਆਂ ਸੀ ਉਹ ਬਣਾ ਕੇ ਯੂਟਿਊਬ ਦੇ ਉੱਪਰ ਵੀ ਪਾਈਆਂ, ਔਰ ਪਰ ਸੱਚ ਹੈ ਕਿ ਇਸ ਯੂਟਿਊਬ ਚੈਨਲ ਨੂੰ ਚਲਾਉਣ ਵਾਸਤੇ ਇੱਕ ਲੰਮਾ ਸੰਘਰਸ਼ ਜਿਹੜਾ ਸੀ ਉਹ ਕਰਨਾ ਪਿਆ। ਕਿਸੇ ਸਮੇਂ 1000 ਸਬਸਕ੍ਰਾਈਬਰ ਜਿਹੜੇ ਸੀ ਉਹ ਨਹੀਂ ਸੀ ਹੋ ਰਹੇ, ਅਤੇ ਉਹਨੂੰ ਬੜੀ ਮਿਹਨਤ ਨਾਲ ਮੁਸ਼ਕਤ ਨਾਲ ਜਿਹੜਾ ਸੀ ਉਹ ਪੂਰਿਆਂ ਕੀਤਾ। ਤਾਂ ਇੱਕ ਉਹ ਵੀ ਸਮਾਂ ਆਇਆ ਜਦੋਂ ਰੱਬੀ ਬਖਸ਼ਿਸ਼ ਹੋਈ, ਆਪੇ ਜਿਹੜਾ ਸੀ ਸ਼ੋਰਟ ਜਿਹੜੇ ਵਾਇਰਲ ਹੋਣ ਤੋਂ ਬਾਅਦ ਆਪੇ ਹੀ ਸਾਰਾ ਕੁਝ ਯੂਟਿਊਬ ਦਾ ਚੱਲ ਗਿਆ। ਜਦੋਂ ਪਿਛਲੇ ਸਾਲ 2022 ਦੇ ਵਿੱਚ ਗੁਰੂ ਕੇ ਬਾਗ ਮੋਰਚੇ ਦਾ 100 ਸਾਲਾ ਬਣਾਇਆ ਗਿਆ, ਤਾਂ ਉਹ 100 ਸਾਲੇ ਦੇ ਉੱਪਰ ਜਿਹੜਾ ਸੀ ਉਸ ਇਤਿਹਾਸ ਦੇ ਉੱਪਰ ਬਹੁਤ ਜ਼ਿਆਦਾ ਵਿਚਾਰ ਕੀਤੀ, ਉਹਦੀ ਖੋਜ ਕੀਤੀ। ਤਾਂ ਉਹ ਜਿਹੜਾ ਇਤਿਹਾਸ ਜਦੋਂ ਅਸੀਂ ਆਪਣੇ ਚੈਨਲ ਦੇ ਉੱਪਰ ਪਾਇਆ, ਉਹਦੇ ਸ਼ੋਰਟ ਪਾਏ, ਅਤੇ ਉਹ ਸਾਰੇ ਸ਼ੋਰਟ ਜਿਹੜੇ ਸੀ ਉਹ ਵਾਇਰਲ ਹੋਣ ਤੋਂ ਬਾਅਦ ਜਿਹੜੇ ਅਸੀਂ ਤਰਸ ਰਹੇ ਸੀ ਕਿ 1000 ਸਬਸਕ੍ਰਾਈਬਰ ਕਿਵੇਂ ਆਉਣੇ, ਉਹ ਇੱਕਦਮ ਸਬਸਕ੍ਰਾਈਬ ਜਿਹੜੇ 5000 ਤੋਂ ਪਲੱਸ ਹੋ ਗਏ। ਤਾਂ ਉਹ ਸਹਿਜੇ ਸਹਿਜੇ ਅੱਜ ਵੀ ਜਾਰੀ ਹੈ, ਜੋ ਮਤਲਬ ਲਗਭਗ 7000 ਤੋਂ ਪਲੱਸ ਚਲੇ ਗਏ। ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਚੈਨਲ ਨੂੰ ਮੋਨਟਾਈਜ਼ ਕਰਵਾਇਆ ਗਿਆ, ਕਰਵਾਉਣ ਤੋਂ ਬਾਅਦ ਇੱਕ ਵੱਡੀ ਗਲਤੀ ਹੋਈ, ਇਉਂ ਕਿਹਾ ਜਾ ਸਕਦਾ ਜਿਵੇਂ ਅੜਚਨ ਦੇ ਵਿੱਚ ਅੜਚਨ ਆਉਂਦੀ ਪਈ ਹੋਵੇ। ਨਾ ਜਦੋਂ ਉਹਨੂੰ ਮੋਨਟਾਈਜ਼ ਕੀਤਾ, ਤਾਂ ਉਸ ਤੋਂ ਬਾਅਦ ਉਹਦਾ ਜਿਹੜਾ ਐਡਸੈਂਸ ਅਕਾਊਂਟ ਬਣਿਆ ਉਹ ਬਿਜ਼ਨਸ ਅਕਾਊਂਟ ਬਣ ਗਿਆ। ਤਾਂ ਬਿਜ਼ਨਸ ਅਕਾਊਂਟ ਤੋਂ ਬਾਅਦ ਉਹ ਅੱਗੇ ਨਹੀਂ ਸੀ ਤੁਰ ਪਾ ਰਿਹਾ, ਤਾਂ ਇੱਕ ਵਾਰ ਤਾਂ ਇਉਂ ਲੱਗਿਆ ਕਿ ਬਸ ਖਤਮ, ਇਹਨੂੰ ਆਪਾਂ ਕੀ ਕਰਨਾ, ਰਹਿਣ ਦਿੱਤਾ ਜਾਵੇ। ਕਾਫੀ ਸਮਾਂ ਉਸੇ ਚੈਨਲ ਦੇ ਉੱਪਰ ਵੀਡੀਓ ਵੀ ਜਿਹੜੀ ਆ ਉਹ ਅਪਲੋਡ ਨਹੀਂ ਕੀਤੀ ਗਈ। ਤਾਂ ਫਿਰ ਇੱਕ ਮੋੜ ਆਇਆ ਕਿ ਕੁਦਰਤੀ ਤੌਰ ਦੇ ਉੱਪਰ ਉਹ ਜਿਹੜਾ ਸੀ ਉਹ ਠੀਕ ਹੋ ਗਿਆ। ਠੀਕ ਹੋਣ ਤੋਂ ਬਾਅਦ ਉਹਦਾ ਬਿਜ਼ਨਸ ਅਕਾਊਂਟ ਜਿਹੜਾ ਕੱਟ ਕੇ ਉਹਨੂੰ ਦੁਬਾਰਾ ਤੋਂ ਐਡਸੈਂਸ ਅਕਾਊਂਟ ਬਣਾਇਆ ਗਿਆ। ਜਿਉਂ ਜਿਉਂ ਫਿਰ ਮਨੁੱਖ ਦੇ ਮਨ ਦਾ ਉਤਸ਼ਾਹ ਜਿਹੜਾ ਵੱਧਦਾ ਜਾਂਦਾ ਅਤੇ ਉਹ ਹੋਰ ਕੁਝ ਵਧੀਆ ਕਰਨ ਦਾ ਯਤਨ ਕਰਦਾ, ਤਾਂ ਇੱਦਾਂ ਹੀ ਕੀਤਾ ਗਿਆ ਕਿ ਬਹੁਤ ਇਤਿਹਾਸ ਦੀਆਂ ਖੋਜ ਭਰਪੂਰ ਵੀਡੀਓਜ਼ ਜਿਹੜੀਆਂ ਸੀ ਉਹ ਵੀ ਇਸ ਚੈਨਲ ਦੇ ਉੱਪਰ ਅਪਲੋਡ ਕੀਤੀਆਂ ਗਈਆਂ। ਜਿਵੇਂ ਐਸੇ ਇਤਿਹਾਸ ਜਿਹੜੇ ਬਹੁਤਾ ਕਰਕੇ ਸਾਡੇ ਸਾਹਮਣੇ ਨਹੀਂ ਆਏ, ਜਿਵੇਂ ਵੀਰ ਹਕੀਕਤ ਸਿੰਘ ਦਾ ਹੋਵੇ ਉਹ ਵੀਡੀਓ ਅਪਲੋਡ ਕੀਤੀ ਗਈ, ਜਿਵੇਂ ਭਗਤ ਪੂਰਨ ਸਿੰਘ, ਹਾਲਾਂਕਿ ਬਹੁਤ ਵਾਰ ਸੁਣਿਆ ਭਗਤ ਪੂਰਨ ਸਿੰਘ ਦੇ ਬਾਰੇ ਪਰ ਉਹਨਾਂ ਦਾ ਜੀਵਨ ਕਿੱਦਾਂ ਦਾ ਸੀ ਇਹ ਕਦੇ ਨਹੀਂ ਸੀ ਸੁਣਿਆ। ਉਹ ਖੋਜ ਕਰਨ ਤੋਂ ਬਾਅਦ, ਉਹ ਵਿਚਾਰ ਕਰਨ ਤੋਂ ਬਾਅਦ, ਉਹ ਤਿਆਰੀ ਕਰਨ ਤੋਂ ਬਾਅਦ ਉਹ ਵੀਡੀਓ ਅਪਲੋਡ ਕੀਤੀ। ਇੱਦਾਂ ਇਤਿਹਾਸ ਦੀਆਂ ਹੋਰ ਬਹੁਤ ਸਾਰੀਆਂ। ਇੱਕ ਮਨ ਅੰਦਰ ਬੜੇ ਚਿਰ ਦੀ ਲੰਮੀ ਤਮੰਨਾ ਸੀ, ਉਹ ਤਮੰਨਾ ਸੀ ਕਿ ਬਹੁਤ ਵਾਰ ਅਸੀਂ ਗੁਰ ਇਤਿਹਾਸ ਸੁਣਿਆ, ਗੁਰਬਾਣੀ ਦੀ ਵਿਚਾਰ ਸੁਣੀ ਹੈ, ਪਰ ਲੜੀ ਵਾਰ ਅੱਜ ਤੱਕ ਇਹ 18ਵੀਂ ਸਦੀ ਦਾ ਇਤਿਹਾਸ ਜਿਹੜਾ ਉਹ ਅਸੀਂ ਨਹੀਂ ਸੀ ਸੁਣਿਆ, ਜਾਂ ਜਿਹੜਾ ਸੀ ਉਹਦੇ ਬਾਰੇ ਕੋਈ ਬਹੁਤੀ ਗੱਲ ਜਿਹੜੀ ਸੀ ਉਹ ਨਹੀਂ ਸੀ ਹੋਈ। ਤਾਂ ਉਹ ਬੜੇ ਚਿਰ ਦੀ ਅੰਦਰ ਤਮੰਨਾ ਸੀ, ਉਹ ਗੁਰੂ ਨੇ ਕਿਰਪਾ ਕੀਤੀ ਤਾਂ ਉਹਦੀ ਵਿਚਾਰ ਕਰਨੀ ਸ਼ੁਰੂ ਕੀਤੀ ਗਈ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਅਤੇ ਸਿੱਖ ਮਿਸਲਾਂ ਦੇ ਸਮੇਂ ਦੌਰਾਨ ਵਿਚਕਾਰਲਾ ਸਮਾਂ ਜਿਹੜਾ ਸੀ ਕਿਹੜਾ ਕਿਹੜਾ ਜ਼ੁਲਮ ਸਿੱਖਾਂ ਦੇ ਉੱਪਰ ਹੋਇਆ, ਤਾਂ ਉਹ ਵੀ ਜਿਹੜੀ ਸੀ ਉਹਦੇ ਵਿੱਚ ਬਹੁਤ ਸਾਰੀ ਸਫਲਤਾ ਮਿਲੀ। ਕਾਫੀ ਇਤਿਹਾਸ ਜਿਹੜਾ ਸੀ ਉਹ ਰਿਕਾਰਡ ਕੀਤਾ ਗਿਆ, ਰਹਿੰਦਾ ਵੀ ਗੁਰੂ ਸਾਹਿਬ ਕਿਰਪਾ ਕਰਨਗੇ ਉਹ ਵੀ ਜਿਹੜਾ ਵਾ ਉਹ ਆਪੇ ਸੇਵਾ ਲੈਣਗੇ। ਤਾਂ ਇਹ ਸਾਰੇ
जिहड़े सफ़र से तय करन तो बाद अज जिहड़ा अंतली मंजिल का सफ़र से वह सी एडसेंस का पिन। तो ये वास्ते भी पहली बार अप्लाई किया गया नहीं मिलया। एक बार तो वीर मनजीत सिंह ने मजाक ना किया, कह लगे वेखियो कि भी एडसेंस इदा ही ना जाता रहे। मैं क्या हूँ ना इदा कहो तो वह जिहड़ा एडसेंस है वह अज वह पिन जिहड़ा मिल गया। तो ये एडसेंस का पिन जिहड़ा अज आपां खोलांगे, इहनू आपां जिहड़ा पिन नू सबमिट करांगे। तो उस तो बाद गुरु साहब कृपा करन इदां ही पंथ की सेवा जिहड़ी वो चलती रहे, होर उत्साह बख्शिश करन गुरु साहब, जिहदे नाल असीं इतिहास दियां गुरबाणी दियां होर खोज भरपूर वीडियो जिहड़ियां ने वो इस चैनल दे उपर अपलोड कर सकीए। ये सी हुण तक दा यूट्यूब दा सफ़र, इस तरह सफ़र जिहड़ा वो जारी रहे ते गुरु साहिब इहदे विच सानू सफलता बख्शिश करदे रहिण।